ਕੀ ਗੱਲ ਬਹਿਰਾ ਹੋ ਉਹ ਬਹਿਣਾ ਕੀ ਹੈ ਜਵਾਨਾ ਕੰਮ ਗਿਆ ਹੀ ਫੇਰ ਪੈ ਕਾਦਾ ਓਏ ਆ ਤਾਜ ਬਣਾਏ ਹਣੀ ਬੜੀ ਮਿਹਨਤ ਕਰਕੇ ਤੇ ਜਨਾਬ ਕਿਤੇ ਕਫੀਲ ਆਇਆ ਰਾਤੀ ਤੇ ਉਹਦੀ ਨਾਲ ਘਰ ਦੀ ਆਈ ਹੈ ਉਹ ਫੇਲ ਕਰ ਗਈ ਕਫੀਲ ਤੇ ਓਕੇ ਕਰ ਗਿਆ ਸੀ ਤੇ ਘਰ ਦੀ ਉਹਦੀ ਫੇਲ ਕਰ ਗਈ ਹੈ ਕੀ ਬਣੇਗਾ ਫਿਰ ਹੁਣ ਹੁਣ ਬੰਨਾ ਤੇ ਉਹੀ ਤੈਨੂੰ ਪਤਾ ਵੀ ਗਵਰਨਮੈਂਟ ਹੀ ਹੁੰਦੀ ਹੈ ਆ ਇਹ ਗੱਲ ਫੀਸ ਦੀ ਤੇ ਮੰਨੀ ਨਹੀਂ ਜਾਣੀ ਇਹ ਤਾਂ ਹੁਣ ਜੋ ਗਵਰਨਮੈਂਟ ਆਖੇ ਕਿ ਬੰਨਾ ਹੋਏ ਤੇ ਜਿਹੜੀ ਦੋਹਾਂ 'ਚ ਜਿਹੜਾ ਭਾਰਾ ਹੋਏਗਾ ਚੋਰੀ ਉਹਦਾ ਹੀ ਹੁਕਮ ਚੱਲਣਾ ਪਰ ਦਿਹਾੜੀਆਂ ਤੇ ਸਾਡੀਆਂ ਗਈਆਂ ਨਾ ਫਾਸਮਾ ਹਾਂ ਜਾਣਾ ਬੋਝੀ ਤੇ ਸਾਡੀ 'ਚ ਜਾਣਾ ਨਾ ਮਾਲ ਫੇਰ ਅਸੀਂ ਸਿਰ ਤੇ ਹੱਥ ਰੱਖ ਕੇ ਬੈਠੇ ਹਾਂ ਇਸ ਤਰ੍ਹਾਂ ਹੀ ਸਾਡੇ ਨਾਲ ਪਹਿਲਾਂ ਰਹਾਮ ਤੇ ਹੋਇਆ ਜੀ ਤੇ ਹੁਣ ਅੱਲਾ ਕੇ ਦੁਆ ਕਰਨੇ ਆਪੇ ਤੇ ਬੈਠੇ ਹਾਂ ਤੇ ਇਨਸ਼ਾਅੱਲਾ ਠੀਕ ਹੋ ਜਾਏਗਾ ਕਿਉਂ ਬੋਨਿਆ ਨਹੀਂ ਗੱਲ ਪਤਾ ਕੀ ਭਲਾ ਸਾਹਿਬ ਗੱਲ ਇਹ ਹੈ ਗੱਲ ਹੀ ਨਹੀਂ ਆਉਂਦੀ ਜਵਾਨ ਹੁਣ ਐਡੀ ਖੁਸ਼ਕ ਹੋਇਆ ਕੰਮ ਗੱਲ ਇਹ ਹੈ ਕਿ ਵੀਰਾਜ ਜੀ ਤਿੰਨ ਟੋਪੀਆਂ ਨੇ ਨਾ ਇਹ ਬੁੱਢੀ ਦੇ ਨਾਲ ਲਾ ਦਿੰਦੇ ਇਹਨੇ ਬੁੱਢੀ ਦੇ ਨਾਲ ਲਾ ਦਿੰਦੇ ਤੇ ਉਹ ਸੋਦੀ ਦੇ ਨਾਲ ਲਾ ਦਿੰਦੇ ਹੈ ਮਸ਼ਵਰਾ ਦੇ ਤੇਰਾ ਠੀਕ ਹੈ ਕਿਉਂ ਭਰਾ ਭਾ ਮਨਵਰ ਹਾਂਜੀ ਉਹ ਤੇ ਕੁਝ ਨਾ ਆਖਣਗੇ ਬਾਹਰੋਂ ਵੇਖਣ ਵਾਲੇ ਤੇ ਜੁੱਤੀਆਂ ਮਾਰਨਗੇ ਨੇ ਆ ਕੀ ਕੀਤਾ ਉਹਨੇ ਹਾਂ ਠੀਕ ਗੱਲ ਜਿਹੜਾ ਸਾਨੂੰ ਪੁੱਛੇਗਾ ਤੇ ਅਸੀਂ ਜਾ ਕੇ ਉਹ ਸੋਦੀ ਦੀ ਫਰਮਾਇਸ਼ ਹੈ ਇਹ ਉਹਦੀ ਬੁੱਢੀ ਦੀ ਫਰਮਾਇਸ਼ ਹੈ ਜਿਹੜੀਆਂ ਬਾਕੀ ਨੇ ਤੇ ਜਿਹੜੀਆਂ ਬਾਕੀ ਨੇ हाँ बात ठीक है।